ਕਰਨਾਲ ਦੇ ਖੇੜੀ ਮਾਨ ਸਿੰਘ ਪਿੰਡ ਦੇ ਸ਼ਹੀਦ ਰਾਮ ਮਿਹਰ ਸੰਧੂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸਾਰਿਆਂ ਨੇ ਸ਼ਹੀਦ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਸ਼ਹੀਦ ਦੇ ਦਾਹ ਸੰਸਕਾਰ ਮੌਕੇ CRPF ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਤੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਹਰਿਆਣਾ ਦੇ ਮੁੱਖ ਪਾਰਲੀਮਾਨੀ ਸਕੱਤਰ ਬਖਸ਼ੀਸ਼ ਸਿੰਘ, ਵਿਧਾਇਕ ਅਤੇ ਰਾਜ ਮੰਤਰੀ ਕਰਨਦੇਵ ਕੰਬੋਸ ਵੀ ਪਹੁੰਚੇ, ਜਿਨ੍ਹਾਂ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। वतन के लिए मैं उनकी शहादत को नमन करता हूँ और ये पूरे देश का बेटा था जिसने देश की सेवा के लिए अपना जीवन अर्पित कर दिया। ऐसे जाबाज सपाही को आज श्रद्धांजलि देने के लिए यहाँ उनका संस्कार में जिस प्रकार से जनसलाम उमड़ पड़ा है, उसे भी उनको नमन करने के लिए आज यहाँ आया है। उनके परिवार के साथ हरियाणा सरकार पूरी तरह से खड़ी है और उनकी हर मदद जो है ना हरियाणा सरकार की तरफ से हम करें। आज यही कहेंगे कि जिन्हें अपने देश कौम वास्ते ਅੱਜ ਸਾਡੇ ਵਾਸਤੇ ਉਹਨੇ ਜਿਹਨੇ ਸ਼ਹਾਦਤ ਦਿੱਤੀ ਹੈ ਇਹਦਾ ਹਮੇਸ਼ਾ ਹਮੇਸ਼ਾ ਵਾਸਤੇ ਨਾਮ ਅਮਰ ਰਹੇਗਾ। ਬਸ ਇੰਨੀ ਗੱਲ ਹੀ ਕਹਿੰਦੇ ਹੋਏ ਹੀ ਅੱਜ ਉਸ ਦਾਹ ਸੰਸਕਾਰ ਦਿੱਤੇ ਅੱਜ ਉਸਨੂੰ ਨਮਨ ਕਰਦੇ ਹਾਂ ਔਰ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਉਹਨੂੰ ਆਪਣੇ ਚਰਨਾਂ ਵਿੱਚ ਸਥਾਨ ਦੇ ਔਰ ਸਰਕਾਰ ਹਰ ਸੰਭਵ ਇਹ ਉਹਦੇ ਪਰਿਵਾਰ ਵਾਸਤੇ ਪ੍ਰਯਾਸ ਕਰਦੀ ਰਹੇਗੀ।